ਸਾਰਿਆਂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ। ਅਸੀਂ ਬਣਾਵਾਂਗੇ ਲੌਕੀ ਦੀ ਸਬਜ਼ੀ। ਇਹ ਲੌਕੀ ਸਬਜ਼ੀ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਕਿ ਇਸ ਸਬਜ਼ੀ ਨੂੰ ਬੱਚੇ ਵੀ ਬਣਾ ਲੈਣਗੇ। ਚਲੋ ਫਿਰ ਵੇਖੋ ਅੱਗੇ ਵੀਡੀਓ 'ਚ ਕਿਸ ਤਰ੍ਹਾਂ ਅਸੀਂ ਸਬਜ਼ੀ ਬਣਾ ਕੇ ਤਿਆਰ ਕੀਤੀ। ਲੌਕੀ ਦੀ ਸਬਜ਼ੀ ਅਸੀਂ ਤੜਕੇ ਵਾਲੀ ਬਣਾਵਾਂਗੇ। ਲੌਕੀ ਬਿਲਕੁਲ ਕੂਲੀ ਅਤੇ ਫਰੈਸ਼ ਲਈ ਆ। ਅਸੀਂ ਵੱਲਾਂ ਲਾਈਆਂ ਵਾ, ਉੱਥੇ ਸਾਡੀਆਂ ਲੌਕੀਆਂ ਬਹੁਤ ਜ਼ਿਆਦਾ ਲੱਗਦੀਆਂ, ਇਸ ਕਰਕੇ ਅਸੀਂ ਫਰੈਸ਼ ਲੌਕੀ ਲੈ ਕੇ ਆਏ। ਸਭ ਤੋਂ ਪਹਿਲਾਂ ਇਹਨੂੰ ਛਿੱਲ ਲਾਂਗੇ। ਲੌਕੀ ਦਾ ਛਿਲਕਾ ਉਤਾਰ ਲਿਆ ਵਾ, ਲੌਕੀ ਦੀ ਹੁਣ ਕਟਿੰਗ ਕਰ ਲੈਂਦੇ ਹਾਂ। ਲੌਕੀ ਦਾ ਜੂਸ ਸਵੇਰੇ ਖਾਲੀ ਪੇਟ ਪੀਤਾ ਜਾਂਦਾ ਵਾ, ਉਹਦੇ ਨਾਲ ਬੀ ਪੀ ਸਾਡਾ ਜਿਹੜਾ ਵਾ ਬਿਲਕੁਲ ਵਧੀਆ ਰਹਿੰਦਾ। ਹੋਰ ਵੀ ਇਹ ਕਈ ਬਿਮਾਰੀਆਂ 'ਤੇ ਲੌਕੀ ਸਾਨੂੰ ਬਹੁਤ ਵਧੀਆ ਵਾ। ਲੌਕੀ ਖਾਣੀ ਸਿਹਤ ਲਈ ਬਹੁਤ ਵਧੀਆ ਵਾ। ਇਹਦੇ ਅਸੀਂ ਪੀਸ ਕਰ ਲਾਂਗੇ। ਪੀਸ ਕਰਕੇ ਇੱਕ ਡੂੰਘੇ 'ਚ ਅਸੀਂ ਪਾਣੀ ਲਿਆ ਵਾ, ਉਹਦੇ ਵਿੱਚ ਪਾ ਲਿਆ। ਲੌਕੀ ਦੀ ਅਸੀਂ ਕਟਿੰਗ ਕਰ ਲਈ ਆ ਅਤੇ ਲੌਕੀ ਨੂੰ ਪਾਣੀ ਵਿੱਚ ਪਾ ਲਿਆ। ਨਾਲ ਹੀ ਅਸੀਂ ਪਿਆਜ਼ ਕਟਿੰਗ ਕਰ ਲਿਆ। ਪਿਆਜ਼ ਨੂੰ ਅਸੀਂ ਪਤਲਾ ਪਤਲਾ ਅਤੇ ਲੰਬਾਈ ਦੇ ਵਿੱਚ ਕੱਟ ਲਿਆ। ਅਸੀਂ ਕੁੱਕਰ 'ਚ ਬਣਾਵਾਂਗੇ ਸਬਜ਼ੀ। ਤੁਸੀਂ ਕੁੱਕਰ ਦੀ ਜਗ੍ਹਾ 'ਤੇ ਕੜਾਹੀ ਜਾਂ ਪਤੀਲੇ 'ਚ ਵੀ ਸਬਜ਼ੀ ਬਣਾ ਸਕਦੇ ਹੋ। ਸਰ੍ਹੋਂ ਦਾ ਤੇਲ ਪਾ ਲਾਂਗੇ। ਤੁਸੀਂ ਇਸ ਤੇਲ ਦੀ ਜਗ੍ਹਾ 'ਤੇ ਘਿਓ ਜਾਂ ਕੋਈ ਹੋਰ ਤੇਲ ਵੀ ਵਰਤ ਸਕਦੇ ਜੀ। ਅਸੀਂ ਬਿਲਕੁਲ ਥੋੜ੍ਹਾ ਤੇਲ ਪਾਇਆ। ਤੇਲ ਗਰਮ ਹੋ ਗਿਆ, ਹੁਣ ਸਿੱਧਾ ਕੁ ਚਮਚਾ ਜੀਰਾ ਪਾ ਲਾਂਗੇ। ਜੀਰੇ ਦੇ ਨਾਲ ਹੀ ਲਸਣ ਅਤੇ ਹਰੀ ਮਿਰਚ ਦਾ ਪੇਸਟ ਪਾ ਲਾਂਗੇ। ਲਸਣ ਨੂੰ ਅਸੀਂ ਭੁੰਨ ਲਿਆ, ਪਿਆਜ਼ ਪਾ ਲਾਂਗੇ। ਪਿਆਜ਼ ਹਲਕਾ ਗੁਲਾਬੀ ਹੋ ਗਿਆ ਵਾ, ਜ਼ਿਆਦਾ ਨਹੀਂ ਇਹਨੂੰ ਅਸੀਂ ਭੁੰਨਣਾ। ਹੁਣ ਅਸੀਂ ਟਮਾਟਰ ਪਾ ਲਾਂਗੇ, ਇਹਨੂੰ ਵੀ ਨਾਲ ਥੋੜ੍ਹਾ ਜਿਹਾ ਭੁੰਨ ਲਈਏ। ਤੜਕਾ ਭੁੱਜ ਹੋ ਗਿਆ, ਜ਼ਿਆਦਾ ਨਹੀਂ ਭੁੰਨਣਾ। ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾ ਲਏ। ਨਮਕ ਅਸੀਂ ਟੇਸਟ ਅਨੁਸਾਰ ਪਾਵਾਂਗੇ। ਅੱਧਾ ਕੁ ਚਮਚਾ ਹਲਦੀ, ਅੱਧਾ ਕੁ ਚਮਚਾ ਗਰਮ ਮਸਾਲਾ, ਜ਼ਿਆਦਾ ਮਸਾਲੇ ਨਹੀਂ ਪਾਉਣੇ, ਇਹਨਾਂ ਨੂੰ ਮਿਕਸ ਕਰ ਲੈਂਦੇ ਹਾਂ। ਲੌਕੀ ਦੇ ਵਿੱਚੋਂ ਅਸੀਂ ਪਾਣੀ ਨਿਚੋੜ ਲਿਆ ਵਾ, ਹੁਣ ਅਸੀਂ ਇਹਦੇ ਵਿੱਚ ਲੌਕੀ ਪਾ ਦਾਂਗੇ। ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ। ਕੁੱਕਰ ਨੂੰ ਬੰਦ ਕਰ ਦਾਂਗੇ ਅਤੇ ਦੋ ਵਿਸਲਾਂ ਮਰਵਾ ਲਾਂਗੇ। ਤੁਸੀਂ ਵੇਖ ਸਕਦੇ ਜੀ ਸਬਜ਼ੀ ਬਹੁਤ ਹੀ ਨਰਮ ਹੋ ਗਈ। ਸਬਜ਼ੀ ਬਹੁਤ ਜਲਦੀ ਮੈਸ਼ ਹੋ ਰਹੀ, ਸਬਜ਼ੀ ਬਣ ਕੇ ਤਿਆਰ ਹੈ। ਇਹ ਬਹੁਤ ਹੀ ਅਸੀਂ ਆਸਾਨ ਤਰੀਕੇ ਨਾਲ ਸਬਜ਼ੀ ਬਣਾ ਕੇ ਤਿਆਰ ਕੀਤੀ ਹੈ। ਇਹਨੂੰ ਤਾਂ ਬੱਚੇ ਵੀ ਬਣਾ ਲੈਣਗੇ। ਸਬਜ਼ੀ ਨੂੰ ਬਿਲਕੁਲ ਜ਼ਿਆਦਾ ਮਸਾਲੇ ਨਹੀਂ ਅਸੀਂ ਪਾਏ, ਬਿਲਕੁਲ ਘੱਟ ਮਸਾਲਿਆਂ ਦੀ ਵਰਤੋਂ ਕੀਤੀ ਹੈ। ਦੋ ਤਿੰਨ ਮਸਾਲੇ ਪਾਏ ਆ ਅਤੇ ਸਬਜ਼ੀ ਸਾਡੀ ਬਣ ਕੇ ਤਿਆਰ ਹੈ। ਕਿਉਂਕਿ ਲੌਕੀ ਤਾਜ਼ੀ ਹੋਣ ਕਰਕੇ ਇਹਨੇ ਪਾਣੀ ਛੱਡ ਦਿੱਤਾ ਵਾ, ਜੇ ਤੁਸੀਂ ਚਾਹੋ ਤਾਂ ਇਹਨੂੰ ਸੁਕਾ ਸਕਦੇ ਜੀ। ਇਹਨੂੰ ਹੁਣ ਬਿਨਾਂ ਢੱਕਣ ਤੋਂ 2 ਕੁ ਮਿੰਟ ਪਕਾ ਲਿਆ। ਬਹੁਤ ਹੀ ਵਧੀਆ ਸਬਜ਼ੀ ਬਣ ਕੇ ਤਿਆਰ ਹੋਈ ਆ। ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਅਤੇ ਖਾਇਓ। ਵੀਡੀਓ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਚਲੋ ਫਿਰ ਮਿਲਦੇ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।